ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਰੋਜ਼ਾਨਾ ਟਾਈਮ ਚ ਇਸ ਵੇਲੇ ਦੀ ਵੱਡੀ ਖਬਰ ਕਿਸਾਨ ਯੂਨੀਅਨ ਏਕਤਾ ਗੁਰਾਹਾਂ ਦੇ ਨਾਲ ਜੁੜੀ ਸਾਹਮਣੇ ਆ ਰਹੀ ਦੱਸਦੀ ਹੈ ਕਿ ਕਿਸਾਨ ਯੂਨੀਅਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਬੀਤੇ ਦਿਨਾਂ ਦੇ ਵਿੱਚ ਸੰਘਰਸ਼ ਚੱਲ ਰਿਹਾ ਸੀ ਤੇ ਜਿਸ ਨੂੰ ਲੈ ਕੇ ਉਹ ਰਾਮਪੁਰਾ ਦੇ ਪੁਲਿਸ ਸਟੇਸ਼ਨ ਗਏ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਕਿ ਕਾਰਵਾਈ ਕੀਤੀ ਜਾਵੇ ਪਰੰਤੂ ਜਿਸ ਨੂੰ ਲੈ ਕੇ ਉੱਥੇ ਹੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਤੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਪੁਲਿਸ ਪ੍ਰਸ਼ਾਸਨ ਇਸ ਨੂੰ ਲੈ ਕੇ ਕਾਰਵਾਈ ਨਹੀਂ ਕਰਦੀ ਤਾਂ ਉਹਨਾਂ ਦਾ ਕਹਿਣਾ ਹੈ ਕਿ 20 ਜੁਲਾਈ ਨੂੰ ਰਾਮਪੁਰੇ ਦੇ ਵਿੱਚ ਧਰਨਾ ਲਗਾਇਆ ਜਾਵੇਗਾ ਤੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਅਸੀਂ ਅੱਜ ਭਾਰਤੀ ਕਿਸਾਨ ਯੂਨੀਅਨ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਉਹਦਾਂ ਦੀ ਮੀਟਿੰਗ ਕੀਤੀ ਹੈ। ਇਹ ਮੀਟਿੰਗ ਮਸਲਾ ਜਿਹੜਾ ਜਿਉਂਦਾਂ ਦਾ ਹੈ, ਜਿਹੜੇ ਕਿ ਥਾਣੇ 'ਚ ਗੱਲਬਾਤ ਵਾਸਤੇ ਗਏ ਸੀ, ਮਸਲਾ ਸੁਲਝਾਉਣ ਵਾਸਤੇ ਗਏ ਸੀ, ਜਿੰਨੀ ਬੁਰੀ ਤਰ੍ਹਾਂ ਉਹਨਾਂ ਦੀ ਕੁੱਟਮਾਰ ਕਰੀ ਹੈ, ਉਸ ਕੁੱਟਮਾਰ ਦੇ ਸੰਬੰਧ 'ਚ ਅਸੀਂ ਜ਼ਿਲ੍ਹੇ ਵੱਲੋਂ ਫੈਸਲਾ ਕਰਕੇ ਡਿਪਟੀ ਨੂੰ ਮਿਲੇ ਹਾਂ। 14 ਤਰੀਕ ਨੂੰ ਉਹਨੇ ਸਭ ਤੋਂ 5 ਦਿਨ ਲਏ ਸੀਗੇ ਵੀ ਮੈਂ 5 ਦਿਨਾਂ 'ਚ ਇਹ ਭਾਈ ਤੁਹਾਡੀ ਛੱਡੀ ਕਰਾਉਂ, ਮਸਲਾ ਹੱਲ ਕਰੂੰਗਾ। ਉਹ ਅੱਜ ਸਾਨੂੰ ਮੀਟਿੰਗ ਵਾਸਤੇ ਵੀ ਸੱਦਿਆ ਸੀ, ਪਹਿਲਾਂ ਟਾਈਮ ਦਿੱਤਾ, ਦੁਬਾਰੇ ਦਿੱਤਾ ਹੋ ਜਾਂਦੀ ਹੋਇਆ, ਉਹ ਅੱਜ ਦੀ ਮੀਟਿੰਗ ਕੈਂਸਲ ਹੋ ਗਈ ਜਿਹੜੀ ਡਿਪਟੀ ਨਾਲ ਸੀਗੀ ਪੂਰਾ ਦੇ ਨਾਲ। ਅਸੀਂ ਇਧਰੋਂ ਫੈਸਲਾ ਕਰ ਲਿਆ ਅੱਜ ਕਿ 20 ਤਰੀਕ ਨੂੰ ਥਾਣਾ ਜਿਹੜਾ ਰਾਮਪੁਰ ਹੈ, ਸਿਟੀ ਥਾਣਾ, ਉਹਦੇ ਮੂਹਰੇ ਲਗਾਤਾਰ ਜਿਹੜਾ ਧਰਨਾ ਅਸੀਂ ਸ਼ੁਰੂ ਕਰਾਂਗੇ। ਜੇ ਉਸ ਤੋਂ ਪਹਿਲਾਂ ਸਾਨੂੰ ਇਨਸਾਫ ਮਿਲ ਜਾਂਦਾ ਠੀਕ ਹੈ, ਡਿਪਟੀ ਕੋਲ ਮਸਲਾ ਗਿਆ ਹੋਇਆ ਹੈ, ਜੇ ਨਹੀਂ ਇਨਸਾਫ ਮਿਲਦਾ, ਇਨਸਾਫ ਲੈਣ ਦੀ ਖਾਤਰ ਜੋ ਸਾਡੀ ਜ਼ਿਲ੍ਹੇ ਦੀ ਤਾਕਤ ਅੰਤ ਹੈ, ਇਸ ਮਸਲੇ ਦੀ ਸਾਰੀ ਤਾਕਤ ਅੰਤ ਲਾਵਾਂਗੇ। ਮੈਂ ਸ਼ਿੰਗਾਰਾ ਸਿੰਘ ਮਾਨ, ਭਾਰਤੀ ਕਿਸਾਨ ਏਕਤਾ ਗੁਰਾਹਾਂ ਦਾ ਜ਼ਿਲ੍ਹਾ ਪ੍ਰਧਾਨ। ਅੱਜ ਅਸੀਂ ਜ਼ਿਲ੍ਹੇ ਦੇ ਸਾਮੀ ਟੀਮ ਇਕੱਠੇ ਹੋਏ ਹਾਂ ਕਿਉਂਕਿ ਪਿਛਲੇ ਦਿਨੀ ਜੋ ਜਿਉਂਦ ਪਿੰਡ ਦਾ ਮਾਮਲਾ ਹੈ, 8 ਤਰੀਕ ਨੂੰ ਜਿਉਂਦ ਪਿੰਡ ਦੇ ਸਾਡੇ ਵਰਕਰ ਥਾਣੇ ਦੇ ਵਿੱਚ ਆਏ ਸੀ ਕਿਸੇ ਮਸਲੇ ਨੂੰ ਲੈ ਕੇ। ਇੱਥੋਂ ਦੇ ਥਾਣੇਦਾਰ ਨੇ ਉਹਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ। ਉਹ ਮਸਲਾ ਲੈ ਕੇ ਅਸੀਂ ਪਿਛਲੇ ਦਿਨੀ ਡਿਪਟੀ ਸਾਹਿਬ ਨੂੰ ਵੱਡਾ ਡੈਪੂਟੇਸ਼ਨ ਮਿਲੇ ਸੀ 14 ਤਰੀਕ ਨੂੰ। 14 ਤਰੀਕ ਨੂੰ ਸਾਡੇ ਤੋਂ ਸਮਾਂ ਲਿਆ ਸੀਗਾ ਡਿਪਟੀ ਸਾਹਿਬ ਨੇ ਵੀ 5 ਦਿਨ ਮੈਨੂੰ ਦੇ ਦਿਓ, 5 ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਇਨਸਾਫ ਦੇਵਾਂਗੇ। ਅੱਜ ਭਾਵੇਂ ਡਿਪਟੀ ਸਾਹਿਬ ਨੇ ਸਾਨੂੰ ਬੁਲਾਇਆ ਵੀ ਸੀਗਾ ਉਹਦੀ ਇਨਕੁਆਇਰੀ ਵਾਸਤੇ, ਅੱਜ ਦੀ ਜਿਹੜੀ ਮੀਟਿੰਗ ਆ ਉਹ ਭਾਵੇਂ ਇੱਕ ਵਾਰੀ ਰੱਦ ਹੋ ਗਈ ਹੈ। ਅਸੀਂ ਜੋ ਸਮੇਂ ਇਕੱਠੇ ਹੋਏ ਹਾਂ ਜ਼ਿਲ੍ਹੇ ਦੇ ਆਗੂ, ਅਸੀਂ ਫੈਸਲਾ ਕੀਤਾ ਵੀ 19 ਤਰੀਕ ਤੱਕ ਜਿਹੜਾ ਸਮਾਂ ਉਹਦਾ ਬਣਦਾ, 5 ਦਿਨਾਂ ਦਾ ਬਣਦਾ, ਅਤੇ 20 ਤਰੀਕ ਤੋਂ ਬਾਅਦ ਅਸੀਂ ਜੋ ਥਾਣਾ ਰਾਮਪੁਰਾ ਸਿਟੀ ਥਾਣਾ ਹੈ ਉਹਦੇ ਅੱਗੇ ਲਗਾਤਾਰ ਜਿਹੜਾ ਧਰਨਾ ਉਹ ਸ਼ੁਰੂ ਕਰਾਂਗੇ। ਜੇ ਉਦੋਂ ਪਹਿਲਾਂ ਸਾਡੀ ਤਸੱਲੀ ਮੁਤਾਬਕ ਸਾਨੂੰ ਇਨਸਾਫ ਮਿਲ ਜਾਂਦਾ ਹੈ ਫਿਰ ਅੱਡ ਵੱਖਰੀ ਗੱਲ ਆ। ਜੇ ਅਸੀਂ ਆਪਦਾ ਇਨਸਾਫ ਲੈਣ ਖਾਤਰ ਜੇ 20 ਤਰੀਕ ਤੱਕ ਸਾਨੂੰ ਨਹੀਂ ਮਿਲਦਾ ਤਾਂ 20 ਤੋਂ ਲਗਾਤਾਰ ਅਸੀਂ ਇਹਦਾ ਧਰਨਾ ਥਾਣੇ ਮੂਹਰੇ ਸ਼ੁਰੂ ਕਰਾਂਗੇ।